तेरा दिल ही नहीं करना किसी नाल कोई गलबात करा चुगली करा। इथों तक मैं नाम जपन वाले बाणी पढ़न वाले वेखे ने वो 6-7 बजे तक अपना फोन ही नहीं खोलदे। क्यों फोन खुलिया नाल दी नाल बिना कोई फोन भी आना है नाल दी नाल तुहाडा व्हाट्सएप फेसबुक शुरू हो जानी है। इसलिए गुरमुख प्यारे जिहड़े ने वह दिन चढ़न तक फोन नहीं खोलदे। एक अद्धा घर का फोन खुले जे कोई रिश्तेदारी चो सुनिया आना है ओहदे ते कर ले नहीं ते फजूल वाले फोन सब बंद। भाई जिन्होंने कुछ कुछ ना कुछ गुवाना पैंदा। इत्थे आपां सवेरे उठदे आं सार पहला मोबाइल चुक के वेखी दे भई सुनेहे किहदे ने व्हाट्सएप किहदा आया। पहली गल तां जिन्नी देर बैटरी ते नैट मुक ना जावे लोग बंद नहीं करदे रात नूं। फिर गुरु रामदास महाराज दा हुक्म किवें पूरा करांगे जिहड़ा पातशाह ने कहा गुर सतगुर काजो सिख काए। तुसीं सारे सिख खवांदे हो किहड़ा बंदा जिहदे मुंह ते कहदे तूं सिख नहीं ओह लड़ पैगा। भाई हर को बंदा सिख खवांदा है जे ਉਹਨੇ ਦਾੜੀ ਕੇਸ ਨਹੀਂ ਰੱਖੇ ਤਾਂ ਵੀ ਉਹ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਤੁਹਾਡੇ ਨਾਲੋਂ ਜ਼ਿਆਦਾ ਮੰਨਦੇ ਹਾਂ ਅਸੀਂ ਇੱਦਾਂ ਕਹਿਣਗੇ। ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਫੈਸਲਾ ਦਿੱਤਾ ਸਿੱਖ ਕੌਣ ਹੈ ਸੁਣੋ। ਉੱਠਦਿਆਂ ਸਾਰ ਸਵੇਰੇ ਫਸਟ ਵਰਕ ਪਹਿਲਾ ਕੰਮ ਉਹ ਸਿੱਖ ਦਾ ਹੋਣਾ ਚਾਹੀਦਾ। ਉਹ ਜੇ ਤੂੰ ਗੁਰੂ ਰਾਮਦਾਸ ਮਹਾਰਾਜ ਦਾ ਸਿੱਖ ਖਵਾਉਣਾ ਹੈ ਫਿਰ ਪਹਿਲਾ ਫਰਜ਼ ਕੀ ਹੈ ਗੁਰ ਸਤਿਗੁਰ ਕਾਜੋ ਸਿੱਖ ਕਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਉੱਠਦਿਆਂ ਸਾਰ ਤੇਰਾ ਫਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ ਹੈ। ਤੇਰੀ ਰਸਨਾ ਨੀਂਦ ਤੋਂ ਉੱਠੇ ਜਾਗਦਿਆਂ ਸਾਰ ਤੂੰ ਕਵੇਂ ਬਹਿ ਕੇ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖੋ ਸਤਨਾਮ ਸ੍ਰੀ ਸ੍ਰੀ ਗੱਜ ਕੇ ਆਖੋ ਸਤਨਾਮ ਸ੍ਰੀ ਸਾਹਿਬ ਕਹਿੰਦੇ ਉੱਠਦਿਆਂ ਸਾਰ ਪਹਿਲਾਂ ਤੇਰਾ ਕੰਮ ਹੀ ਇਹ ਹੋਵੇ ਰਸਨਾ ਤੋਂ ਨਾਮ ਜਪੇ। ਹੁਣ ਆਪਣੇ ਮਨਾਂ ਚ ਹੱਥ ਮਾਰਿਓ ਉੱਠਦਿਆਂ ਸਾਰ ਪਹਿਲਾਂ ਕੰਮ ਕੀ ਕਰਦੇ ਹੋ? ਪਹਿਲਾਂ ਤਾਂ ਬੰਦਾ ਫੋਨ ਚੁੱਕ ਕੇ ਵਟਸਐਪ ਦੇਖਦਾ ਫਿਰ ਉਹ ਵੇਖ ਕੇ ਨਾ ਫਿਰ ਉਹ ਮੋਬਾਈਲ ਚਾਰਜ ਚੂਰਜ ਲਾਉਂਦਾ ਜੇ ਮੁੱਕਿਆ ਹੋਵੇ। ਸਤਿਗੁਰਾਂ ਕਿਹਾ ਉੱਠਦਿਆਂ ਸਾਰ ਤੇਰਾ ਕੰਮ ਸੀ ਜਦੋਂ ਨੀਂਦ ਚੋਂ ਜਾਗ ਖੁੱਲੇ ਚੌਂਕੜਾ ਮਾਰ ਕੇ 5-10-20 ਵਾਰ ਤਾਂ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ 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 ਤੂੰ ਗੁਰੂ ਦਾ ਸਿੱਖ ਖਵਾਉਂਦਾ।